ਕੰਮ ਸਰਪੰਚ ਸਾਹਿਬ ਇਹਦੇ ਠੇਕੇਦਾਰ ਕੌਣ ਹੈ ਜੀ ਕੰਮ ਲੱਗੇ ਖੜਕੇ ਕਰਾਵਾਂਗੇ ਮੈਨੂੰ ਕੋਈ ਕੋਲ ਹੈ ਕੋਈ ਗੱਲ ਨਹੀਂ ਇੱਕ ਨਵਾਂ ਪੈਸਾ ਵੀ ਮਹਿਰਾ ਫੇਰੀ ਨਹੀਂ ਹੋਣੀ ਚਾਹੀਦੀ ਜਮੀ ਨਹੀਂ ਹੋਣ ਦਿੰਦੇ ਇੱਕ ਨਵੇਂ ਪੈਸੇ ਦੀ ਵੀ ਪੈਸੇ ਦੀ ਖੱਜਲ ਖਵਾਰੀ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਜੀ ਰੁਪਈਏ ਦਾ ਸਵਾ ਕਰਕੇ ਲਾਓਗੇ ਤੇ ਜਿੰਨਾ ਪੈਸਾ ਸਹੀ ਲੱਗਿਆ ਕਰੂਗਾ ਸੋਹਣੇ ਸੁਚੱਜੇ ਢੰਗ ਨਾਲ ਲੱਗਿਆ ਕਰੂਗਾ ਉਨੇ ਹੀ ਮੇਰੇ ਕੋਲ ਪੈਸਾ ਫਾਤੂ ਲਈ ਜਾਓ ਠੀਕ ਹੈ ਜੀ ਪਰ ਜੇ ਇੱਕ ਨਵਾਂ ਪੈਸੇ ਦੇ ਖਰਾਬ ਹੋਊਗਾ ਗੜਬੜ ਹੋਊਗਾ ਤੇ ਫਿਰ ਦੂਨੇ ਚੋਣੇ ਕਰਕੇ ਕੀ ਕਰੂਗਾ ਅੱਛਾ ਪੈਨ ਕਿਤਨੇ ਦੇ सारा ब्याह का सारा प्रोग्राम सेट आ जाएगा ਇਹ ਤੁਹਾਡੇ ਕੋਲ ਇਹਦੀ ਪਲਾਟ ਦਾ ਸਾਈਜ਼ ਕੀ ਹੈ ਜੀ 180x180 ਇਸ ਵਿੱਚ ਆਪਣਾ ਵੀ ਫਿੱਟ ਆ ਕਿਹੜਾ ਨਹੀਂ ਮੈਂ ਕਹਿੰਦਾ ਮਾਡਲ ਇਹ ਬਣਾਉਂਗੇ ਜਾਂ ਦੂਸਰੇ ਰੋਡ ਬਣਾਉਂਗੇ ਸਰ ਮੇਰੇ ਖਿਆਲ ਚ ਆਪਾਂ ਨੂੰ ਇਹ ਬਣਾਉਣਾ ਇਹ ਪੂਰਾ ਆਉਂਦਾ ਹਾਂਜੀ ਹਾਂਜੀ ਬਿਲਕੁਲ ਆਉਂਦਾ ਜਿਸ ਕੋਨੇ ਚ ਆਪਾਂ ਖੜੇ ਹੋ ਆਪਾਂ ਇੱਥੇ ਕਰ ਲਈਏ ਬਸ ਠੀਕ ਹੈ ਕਰ ਲਓ 10 ਕੁ ਫੁੱਟ ਅੰਦਰੋਂ ਛੱਡ ਕੇ ਤੇ ਉਹ ਪੂਰਾ ਆਉਂਦਾ ਹਾਂਜੀ ਹਾਂਜੀ ਬਿਲਕੁਲ ਆਉਂਦਾ ਜਿਸ ਕੋਨੇ ਚ ਆਪਾਂ ਖੜੇ ਹੋ ਆਪਾਂ ਇੱਥੇ ਕਰ ਲਈਏ ਬਸ ਠੀਕ ਹੈ ਕਰ ਲਓ 10 ਕੁ ਫੁੱਟ ਅੰਦਰੋਂ ਛੱਡ ਕੇ ਤੇ ਉਹ ਪੂਰਾ ਆਉਂਦਾ ਬਸ ਠੀਕ ਹੈ ਕਰ ਲਓ ਠੀਕ ਹੈ ਜੀ टॉयलेट्स हो गए मेन हॉल हो गया मेन हॉल आसे खब्बे सजे घा घू ला लो वधिया ठीक है सारा पक्का भी ना करया करो यार मॉडल घा घू ला लो बाकी शेड हो गया ਇੱਕ ਨਵਾਂ ਪੈਸਾ ਵੀ ਮਹਿਰਾ ਫੇਰੀ ਨਹੀਂ ਹੋਣੀ ਚਾਹੀਦੀ ਜਮੀ ਨਹੀਂ ਹੋਣੀ ਚਾਹੀਦੀ ਇੱਕ ਨਵੇਂ ਪੈਸੇ ਦੀ ਖੱਜਲ ਖਵਾਰੀ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਜੀ ਰੁਪਈਏ ਦਾ ਸਵਾ ਕਰਕੇ ਲਾਓਗੇ ਤੇ ਜਿੰਨਾ ਪੈਸਾ ਸਹੀ ਲੱਗਿਆ ਕਰੂਗਾ ਸੋਹਣੇ ਸੁਚੱਜੇ ਢੰਗ ਨਾਲ ਲੱਗਿਆ ਕਰੂਗਾ ਉਨੇ ਹੀ ਮੇਰੇ ਕੋਲ ਪੈਸਾ ਫਾਤੂ ਲਈ ਜਾਓ ਠੀਕ ਹੈ ਜੀ ਪਰ ਜੇ ਇੱਕ ਨਵਾਂ ਪੈਸੇ ਦੇ ਖਰਾਬ ਹੋਊਗਾ ਗੜਬੜ ਹੋਊਗਾ ਤੇ ਫਿਰ ਦੂਨੇ ਚੋਣੇ ਕਰਕੇ ਕੀ ਕਰੂਗਾ